ਹਾਂਜੀ ਸਤਿ ਸ੍ਰੀ ਅਕਾਲ ਫਰੈਂਡਸ ਮੈਂ ਬ੍ਰਿੰਦਰ ਫਰੈਂਡਸ ਫਸਟ ਟਾਈਮ ਮੇਰੇ ਗਾਰਡਨ ਚ ਫਲਾਵਰਿੰਗ ਹੋਈਆ ਪਿੰਕ ਰੇਨ ਲਿਲੀ ਠੀਕ ਇਹ ਮੈਨੂੰ ਇੱਕ ਵਲਵ ਮਿਲਿਆ ਸੀ ਸਵੈਪ ਵਿੱਚ ਤੇ ਇਸ ਦਾ ਰਿਜ਼ਲਟ ਏਰੀਆ ਮੈਂ ਬਹੁਤ ਖੁਸ਼ ਹੋਈਆਂ ਕਿ ਮੇਰੇ ਕੋਲ ਪਿੰਕ ਵੀ ਹੋ ਗਿਆ ਜੈਲੋ ਦੇ ਮੈਂ ਸੀਡ ਵੀ ਮੈਨੂੰ ਸਵੈਬ ਚ ਮਿਲੇ ਸੀ ਉਹ ਗਰੋ ਕੀਤੇ ਆ ਪਰ ਇੰਨੇ ਹੈਲਥੀ ਨਹੀਂ ਹੋਏ ਗਰੋ ਉਹ ਸ਼ਾਇਦ ਆਊਟ ਆਫ ਸੀਜ਼ਨ ਮੈਂ ਗਰੋ ਕਰ ਲਿਆ ਤੇ ਨੈਕਸਟ ਸੀਜ਼ਨ ਵਿੱਚ ਵਧੀਆ ਆ ਜਾਣਗੇ ਇੱਕ ਆਟੋਮੈਟਿਕਲੀ ਬਈ ਵਲਬ ਫਲਾਵਰਿੰਗ ਹੋਈ ਹੈ ਜਦ ਕੇ ਮੈਂ ਉਹ ਸੀਡ ਪਤਾ ਨਹੀਂ ਕਿਹੜੇ ਟਾਈਮ ਦਾ ਗਰੋ ਕੀਤਾ ਹੋਏਗਾ ਉਹ ਵੀ ਖਿਲ ਕੇ ਜਾ ਚੁੱਕਾ ਆ ਤੇ ਉਹਦੇ ਸੀਡ ਬਣ ਗਏ ਆ ਮੈਂ ਉਹ ਜ਼ਰੂਰ ਬਖੇਰ ਦੇਵਾਂਗੀ ਹਨਾ ਤੇ ਵਾਈਟ ਕਲਰ ਮੇਰੇ ਕੋਲ ਪਹਿਲੇ ਹੀ ਆ ਤਿੰਨ ਕਲਰ ਹੋ ਗਏ ਦੇਖੋ ਕਿੰਨਾ ਸੁੰਦਰ ਫਲਾਵਰ ਹੈ ਇਹਦੇ ਵਿੱਚ ਇਹ ਜੈਲੋ ਸਪਾਈਕ ਜਿਹੜੇ ਆ ਰਹੇ ਬਹੁਤ ਜਿਆਦਾ ਅੱਛੇ ਲੱਗ ਰਹੇ ਐਸ ਤਰ੍ਹਾਂ ਲੱਗ ਰਹੇ ਆ ਬੀ ਜਿਵੇਂ ਹਨਾ ਮੈਂ ਲਾਈਨਾਂ ਖੁਦ ਲਗਾਈਆਂ ਹੁਣ ਜਦ ਕਿ ਲਾਈਨਾਂ ਨਹੀਂ ਆ ਦੇਖੋ ਵੇਖੋ ਮੈਂ ਹਲਾ ਕੇ ਵੀ ਦਿਖਾ ਦਿੰਦਾ ਆ ਕਿੰਨਾ ਸੁੰਦਰ ਲੱਗ ਰਿਹਾ ਹੈ ਨਾ ਬਹੁਤ ਜ਼ਿਆਦਾ ਤੇ ਇਹਦੀ ਸੋਇਲ ਬਹੁਤ ਵੈਲ ਡਰੇਨ ਹੈ ਮੈਂ ਉਮੀਦ ਨਹੀਂ ਸੀ ਕਰਦੀ ਕਿ ਇਸ ਟਾਈਮ ਇਸ ਵਾਰੀ ਫਲਾਵਰਿੰਗ ਹੋਏਗੀ ਤੇ ਇਹਦੇ ਵਿੱਚ ਸਿਰਫ ਰੇਤ ਹੀ ਹੈ ਤੇ ਛੋਟੇ ਪੋਟ ਵਿੱਚ ਮੈਂ ਲਗਾਇਆ ਹੋਇਆ ਨਾ ਤੇ ਇਸੇ ਤਰ੍ਹਾਂ ਮੈਂ ਬਲਬ ਗ로우 ਕਰ ਦਿੱਤਾ ਸੀ ਵੀ ਚਲੋ ਨੈਕਸਟ ਈਅਰ ਤਾਂ ਫਲਾਵਰਿੰਗ ਹੋਏਗੀ ਕਿਉਂਕਿ ਬਲਬ ਬਹੁਤ ਹੈਲਥੀ ਸੀ ਤੇ ਇਹ ਦੇਖੋ ਫਲਾਵਰਿੰਗ ਹੋਈ ਆ ਤੇ ਅੱਜ ਮੈਂ ਜੀ ਸਾਰੇ ਬ੍ਰਾਂਚ ਨਾ ਕੱਟ ਕਰ ਦਿੱਤੇ ਸੀ ਕੁਝ ਦਿਨ ਪਹਿਲਾਂ ਜਿਵੇਂ ਮੈਂ ਉਹ ਬ੍ਰਾਂਚ ਕੱਟ ਕੀਤੇ ਤੇ ਨਵੀਂ ਸਟਾਕ ਨਿਊ ਸਟਾਕ ਆਈ ਦੇਖੋ ਇਹ ਸਟਾਕ ਨਿਕਲੀ ਆ ਤੇ ਫਲਾਵਰਿੰਗ ਇਹ ਸਟਾਕ ਵੀ ਕਮ ਸੇ ਕਮ 1 ਫੀਟ ਲੰਬੀ ਆਈ ਆ ਜੀ ਹੈ ਨਾ ਤੇ ਫਲਾਵਰਿੰਗ ਹੋ ਗਈ ਆ ਚਲੋ ਕੁਝ ਮਿਲਿਆ ਥੈਂਕ ਯੂ ਜਿਨ੍ਹਾਂ ਨਾਲ ਮੈਂ ਸਵਾਈਵ ਕੀਤੇ ਸੀ ਪlant ਉਹਨਾਂ ਨੇ ਇੰਨਾ ਵਧੀਆ ਮੈਨੂੰ ਫਲਾਵਰ ਦੇਖਣ ਨੂੰ ਮਿਲਿਆ ਉਹਨਾਂ ਦੀ ਬਦੌਲਤ ਤੇ ਤਦੋਂ ਇਹ ਹੋ ਗਿਆ ਅੱਜ ਦਾ ਹਨਾ ਮੈਂ ਵੀਡੀਓ ਜਿਹੜੀ ਆ ਕਿ ਕੁਝ ਗੱਲਾਂ ਸ਼ੇਅਰ ਕਰਨ ਨੂੰ ਬਣਾਈ ਆ ਠੀਕ ਸਾਹਮਣੇ ਫਲਾਵਰ ਨਜ਼ਰ ਆ ਗਿਆ ਤੇ ਮੈਂ ਫਲਾਵਰਿੰਗ ਤੇ ਆ ਗਈ ਹਾਂ ਪਾਣੀ ਕਿੰਨਾ ਆਮੋਲਿਆ ਉਹ ਮੈਨੂੰ ਬਹੁਤ دیر ਬਾਅਦ ਪਤਾ ਲੱਗਾ ਹਨਾ ਠੀਕ ਮੈਂ ਆਪਾਂ ਤੁਹਾਹਰ ਦੇ ਨਾਲ-ਨਾਲ ਕਿਉਂਕਿ ਨਾ ਮੈਂ ਪਾਣੀ ਨਾਲ ਆਪਣੇ ਡੇਲੀ ਬੇੜਾ ਮੇਰਾ ਪਤਾ ਹੀ ਆ ਬਹੁਤ ਵੱਡਾ ਆ ਤੇ ਮੋਟਰ ਚਲਾਉਂਦੇ ਸੀ ਤੇ ਬੇੜਾ ਧੋ ਲੈਂਦੇ ਸੀ ਠੀਕ ਆ ਨਾ ਤਿੰਨ ਚਾਰ ਦਿਨ ਤੋਂ ਆਪਣੀ ਮੋਟਰ ਖਰਾਬ ਹੋ ਗਈ ਤੇ ਬੇੜਾ ਵੀ ਆਪਾਂ ਨਹੀਂ ਤੁਲਿਆ ਇਹ ਹੀ ਰੀਜਨ ਸੀ ਤੇ ਮੈਂ ਕੰਮ ਤੋਂ ਵੀ ਮੁਸ਼ਕਲ ਹੋਈ ਮੈਨੂੰ ਕਿਉਂਕਿ ਮੋਟਰ ਠੀਕ ਕਰਨ ਵਾਲੇ ਬਈਆ ਨੇ ਅਜੇ ਫ੍ਰਾਈਡੇ ਆਣਾ ਆ ਠੀਕ ਕਰਨਾ ਹਨਾ ਤਿੰਨ ਚਾਰ ਦਿਨ ਦੀ ਪਾਣੀ ਦੀ ਕਿੱਲਤ ਨੇ ਮੇਂ ਉਂਗਲਾਂ ਤੇ ਨਾਚ ਨਚਾ ਦਿੱਤੇ ਹਨਾ ਵੈਸੇ ਸਰਕਾਰੀ ਪਾਣੀ ਜਿਹੜਾ ਆਂਦਾ ਆ ਉਹ ਆਂਦਾ ਉਹ ਪਾਣੀ ਮੈਂ ਨਾ ਪਲਾਂਟਸ ਨੂੰ ਨਹੀਂ ਦਿੰਦੀ ਮੈਂ ਬਹੁਤ ਵਾਰੀ ਵੀਡੀਓ ਵਿੱਚ ਸ਼ੇਅਰ ਕੀਤੀ ਹੈ ਕਿ ਉਸ ਪਾਣੀ ਵਿੱਚ ਕਲੋਰੀਨ ਹੁੰਦੀ ਆ ਜੋ ਕਿ ਪਾਣੀ ਲਈ ਹਾਰਮਫੁਲ ਹੁੰਦਾ ਹੈ ਹਨਾ ਉਹਦੇ ਨਾਲ ਹੋਰ ਤਾਂ ਕੁਝ ਨਹੀਂ ਹੋਏਗਾ ਲੀਫ ਜਿਆਦਾ ਤੋਂ ਜਿਆਦਾ ਬਲੈਕ ਹੋ ਜਾਣਗੇ ਭਈ ਜੇ ਹਨਾ ਗਿਰਨ ਲੱਗ ਜਾਣਗੇ ਝੁਕੇ ਝੁਕੇ ਰਹਿਣਗੇ ਯਾਨੀ ਕਿ ਬਿਲਕੁਲ ਜਿਵੇਂ ਹੁਣ ਦੇਖੋ ਪਲਾਂਟ ਦੇ ਲੀਫ ਕਿੰਨੇ ਹੈਲਥੀ ਆ ਉਹ ਅਨ ਹੈਲਥੀ ਜਿਹੜਾ ਫੀਲ ਕਰਦੇ ਆ ਪਲਾਂਟਸ ਤੇ ਇਸ ਕਰਕੇ ਮੈਂ ਉਹ ਅਭੀ ਹੈ ਨਾ ਟੈਪ ਵਾਟਰ ਜੋ ਬਾਹਰੋਂ ਆਂਦਾ ਮੈਂ ਉਹ ਪਲਾਂਟਸ ਨੂੰ ਨਹੀਂ ਦਿੰਦੀ ਅੱਜ ਬਈ ਆਰਓ ਦੇ ਵਿੱਚ ਟੈਂਕੀ ਵੀ ਤਕਰੀਬਨ ਆਲਮੋਸਟ ਖਾਲੀ ਆ ਜਿੰਨਾ ਆਰਓ ਦਾ ਪਾਣੀ ਬੇਸਟ ਵਾਟਰ ਸੀ ਉਹ ਅੱਜ ਮੈਂ ਸਾਰੇ ਪਲਾਂਟਸ ਨੂੰ ਥੋੜਾ ਥੋੜਾ ਕਰਕੇ ਦੇ ਦਿੱਤਾ ਹੈ ਹਨਾ ਕਿਉਂਕਿ ਮੋਟਰ ਸਾਡੇ ਬੋਰਿੰਗ ਵਾਲੀ ਆ ਤੇ ਜਮੀਨ ਚੋਂ ਪਾਣੀ ਆਂਦਾ ਤੇ ਇਹਦੇ ਨਾਲ ਕੋਈ ਚੱਕਰ ਨਹੀਂ ਹੁੰਦਾ ਹਨਾ ਤੇ ਬਹੁਤ ਜ਼ਿਆਦਾ ਸਮਝ ਆਇਆ ਵਾਹਿਗੁਰੂ ਨੇ ਬਹੁਤ ਲੇਟ ਸਮਝ ਦਿੱਤੀ ਆ ਵੀ ਪਾਣੀ ਦੀ ਵੈਲਿਊ ਕੀ ਹੁੰਦੀ ਆ ਹਨਾ ਪੈਸੇ ਤਾਂ ਮੈਂ ਏਸੀ ਵਾਟਰ ਵੀ ਸਟੋਰ ਕਰਕੇ ਪਾਣੀ ਬਲੈਂਸ ਨੂੰ ਦਿੰਦੀ ਰਹੀ ਤੇ ਆਰਓ ਵਾਟਰ ਵੀ ਜਿਹੜਾ ਉਹਦਾ ਵੇਸਟ ਵਾਟਰ ਹੁੰਦਾ ਆ ਹਨਾ ਉਹ ਬਹੁਤ ਜ਼ਿਆਦਾ ਉਦੇ ਵਿੱਚ ਜਿੰਨੇ ਬੈਕਟੀਰੀਆ ਹੁੰਦੇ ਜੋ ਸੋ ਨਾ ਉਹ ਸਾਰਾ ਬਾਹਰ ਕਰ ਦਿੰਦਾ ਰੋ ਵਾਟਰ ਤੇ ਆਪਣੇ ਪੀਣ ਲੈ ਕੇ ਜਿੰਨਾ ਪਾਣੀ ਦੀ ਆਪਣਾ ਡੀਟੀ ਚਾਹੀਦੀ ਹੁੰਦੀ ਉਨਾ ਹੀ ਮਿਲਦਾ ਆ ਤੇ ਇਸ ਕਰਕੇ ਮੈਂ ਉਹ ਵਾਟਰ ਜੂਸ ਕਰਦੀ ਸੀ ਤੇ ਇਹ ਆ ਏਸੀ ਵਾਟਰ ਏਸੀ ਕਾਫੀ ਦਿਨੋਂ ਕਰ ਹੁਣ ਚੱਲਿਆ ਨਹੀਂ ਕਿਉਂਕਿ ਬੈਟਰ ਕਾਫੀ ਚੇਂਜ ਆ ਠੀਕ ਤੇ ਇਸ ਕਰਕੇ ਅੱਜ ਮੈਨੂੰ ਪਾਣੀ ਦੀ ਅੰਨੀ ਮਹਿਸੂਸਤਾ ਮਹਿਸੂਸ ਹੋਈ ਆ ਕਿ ਮੈਂ ਦੱਸ ਨਹੀਂ ਸਕਦੀ ਨਾ ਬਈ ਚਲੋ ਕੁਛ ਨਹੀਂ ਕਹਿ ਸਕਦੇ ਤੇ ਮੇਰੀ ਹੈਨਾ ਗਾਰਡਨ ਚ ਮੈਂ ਹੋਰ ਦਿਖਾਉਂਦੇ ਆ ਅਪਰਾਜਤਾ ਦੇ ਬਹੁਤ ਲੇਟ ਫਲਾਵਰਿੰਗ ਹੋਈ ਆ ਬਈ ਕਦੀ ਵੀ ਕਿਸੇ ਨੇ ਸ਼ੇਅਰ ਹੀ ਨਹੀਂ ਕੀਤਾ ਬਈ ਫਲਾਵਰਿੰਗ ਅਪਰਾਜਤਾ ਨੂੰ ਕਿਹੜੇ ਮੌਸਮ ਚ ਹੁੰਦੇ ਸਿਰਫ ਬਲੂ ਵਾਲੇ ਦਾ ਰੌਲਾ ਪੈਂਦਾ ਰਹਿੰਦਾ ਬਈ ਮੇਰੀ ਗਾਰਡਨ ਚ ਨੇ ਪਲਾਂਟ ਹਰ ਕੋਈ ਆਪਣੇ ਗਾਰਡਨ ਦੀ ਤਾਰੀਫ ਕਰਦਾ ਉਸੇ ਤਰ੍ਹਾਂ ਮੈਂ ਹੈਨਾ ਤੇ ਮੇਰੇ ਕੋਲ ਵਾਈਟ ਅਪਰਾਜਤਾ অলਮੋਸਟ ਖਤਮ ਹੀ ਸੀ ਬਈ ਚਲੋ ਮੈਂ ਇੱਕ ਪੌਟ ਦੇ ਵਿੱਚ ਲਗਾਏ ਸੀ ਉਹਨੂੰ ਫਲਾਵਰਿੰਗ ਨਹੀਂ ਹੋਈ ਫੈਬ ਤੋਂ ਲੈ ਕੇ ਮੈਂ ਸੀਡ ਗਰੋਅ ਕੀਤਾ ਸੀ ਤੇ ਹੋਈ ਨਹੀਂ ਤੇ ਮੈਂ ਕੁਝ ਦਿਨ ਪਹਿਲਾਂ ਹੀ ਉਹ ਨਾ ਸਵਾਈਟ ਪ੍ਰਾਜਾ ਨੂੰ ਉਖਾੜ ਕੇ ਸੁੱਟ ਦਿੱਤਾ ਮੈਂ ਕਿਹਾ ਬਿਨਾਂ ਹੀ ਗੱਲ ਦਾ ਇਹਨੇ ਬਈ ਝਿਮੇਲਾ ਪਾਇਆ ਹੋਇਆ ਮੈਂ ਸਾਰੇ ਖਲਾਰ ਦਿੱਤੀ ਪੁੱਟ ਦਿੱਤੀ ਉਸੇ ਦਿਨ ਮੇਰੀ ਨਜ਼ਰ ਪਈ ਇਸ ਇਹ ਵਾਲੇ ਫਲਾਵਰ ਤੇ ਇਹਦੇ ਫਲਾਵਰ ਬਹੁਤ ਸਾਰੇ ਆ ਕੇ ਆ ਚੁੱਕੇ ਆ ਤੇ ਮੈਂ ਵੀਡੀਓ ਬਹੁਤ ਲੇਟ ਬਣਾ ਰਹੀ ਆ ਉਹਨੂੰ ਮੈਂ ਵੀਡੀਓ ਬਣਾਉਣੀ ਸੀਗੀ ਵਾਰ ਪਿੰਕ ਫਲਾਵਰ ਤੇ ਤੇ ਇਹ ਵੀ ਨਜ਼ਰ ਪੈ ਗਈ ਵੀਡੀਓ ਤਾਂ ਅੱਜ ਬਾਟਰ ਤੇ ਸੀ ਤੇ ਇਹ ਦੇਖੋ ਕਾਫੀ ਸਾਰੀ ਫਲਾਵਰਿੰਗ ਹੋਈ ਆ ਤੇ ਇਹਦੇ ਜਿੱਕ ਉਹਨੇ ਫਲੀਆਂ ਬਣ ਗਈਆਂ ਮੇਰਾ ਹੱਥ ਉੱਪਰ ਤੱਕ ਨਹੀਂ ਪਹੁੰਚ ਰਿਹਾ ਕਿਉਂਕਿ ਇਹ ਰਬੜ ਪਲਾਂਟ ਦੀ ਹਾਈਟ 10 ਫੀਟ ਹੋ ਚੁੱਕੀ ਆ ਦਿਖਾਉਂਦੀ ਆ ਜਦੋਂ ਮੇਰੇ ਕੋਲ ਖੁੱਲਾ ਬਣੀ ਹੁੰਦਾ ਨਾ ਮੈਂ ਸ਼ਾਵਰਿੰਗ ਕਰ ਦਿੰਦੀ ਆ ਤੇ ਪਲਾਂਟ ਸਾਫ਼ ਹੋ ਜਾਂਦੇ ਲੀਫ ਇਹ 3-4 ਦਿਨ ਦੇ ਵਿੱਚ ਵਿੱਚ ਹੀ ਦੇਖੋ ਕਿੰਨੀ ਡਸਟ ਜੰਮੀ ਹੋਈ ਦੇਖ ਇੱਕ ਕੱਲ ਆਂਦੀ ਆਈ ਆ ਉਹਦੇ ਨਾਲ ਕਾਫੀ ਬਈ ਜੋ ਡਸਟ ਸੀ ਸਾਰੀ ਜੰਮ ਗਈ ਆ ਉੱਪਰ ਦੀ ਇਹ ਪਾਣੀ ਪ੍ਰੋਬਲਮ ਹੋ ਗਈ ਆ ਹਨਾ ਦੇਖ ਸਕਦੇ ਹੋ ਸਾਰੇ ਲੀਫਾਂ ਤੇ ਡਸਟ ਆ ਮਰਸ਼ਾਮੀ ਥੋੜਾ ਪਾਣੀ ਨੈਵਰ ਦੇ ਘਰੋਂ ਲੈ ਕੇ ਆਵਾਂਗੀ ਵਕਟ ਟਿਕ ਤੇ ਪਾਣੀ ਚ ਡਿਪ ਕਰਕੇ ਕੱਪੜੇ ਨਾਲ ਸਾਰੇ ਲੀਫਸ ਸਾਫ਼ ਕਰਾਂਗੇ ਕਿਉਂਕਿ ਜੇ ਲੀਫ ਸਾਫ਼ ਹੋਣਗੇ ਵੀ ਸਾਹ ਸੌਖਾ ਲੈਣਗੇ ਤੇ ਸਹੀ ਚੱਲਣਗੇ ਹਨ ਦੇਖੋ ਦੇਖੋ ਕਿੰਨੀ ਡਸਟ ਨਹੀਂ ਤਾਂ ਮੇਰੇ ਪਲਾਂਟਸ ਤੇ ਕਦੇ ਵੀ ਡਸਟ ਨਹੀਂ ਹੁੰਦੀ ਬਈ ਇਹ ਰਬੜ ਪਲਾਂਟ 10 ਫੀਟ ਦਾ ਹੋ ਚੁੱਕਾ ਆ ਦਿਲ ਕਰਦਾ ਇਹਨੂੰ ਬਾਹਰ ਕਿਤੇ ਗਰਾਊਂਡ 'ਚ ਜਾਂ ਕਿਸੇ ਸਕੂਲ ਦੇ ਵਿੱਚ ਲਗਵਾ ਆਵਾਂ ਕਿਉਂਕਿ ਪੋਟ ਤੋੜ ਰਿਹਾ ਇਹ ਇਸ ਕਰਕੇ ਪਰ ਫਿਰ ਵੀ ਕਿ ਦਿਲ ਨਹੀਂ ਕਰਦਾ ਬਈ ਇੰਨਾ ਵੱਡਾ ਹੋ ਗਿਆ ਮੈਂ ਘਰੋਂ ਬਾਹਰ ਕੱਢ ਦਾਂਗੀ ਬਹੁਤ سارے ਕੁਐਸਚਨ ਆਉਂਦੇ ਇੱਕ ਪਲਾਂਟ ਦੇ ਲਈ ਓਕੇ ਜੀ ਅੱਜ ਦੀ ਮੇਰੀ ਇਹ ਸੀ ਕਿ ਮੈਨੂੰ ਪਾਣੀ ਦੀ ਦਿੱਕਤ ਹੋਈ ਤੇ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਮਾਂ ਹਨਾ ਵੀ ਪਲੀਜ਼ ਤੁਸੀਂ ਵੀ ਫਰੈਂਡਸ ਪਾਣੀ ਸੇਫ ਕਰੋ ਤੇ ਜੋ ਕਿ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਓਕੇ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਥੈਂਕ ਯੂ